ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਝ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਮੈਂ ਤੇ ਅੱਜ ਸਾਡੇ ਜਨਾਬ ਕੁਲਦੀਪ ਰੰਧਾਵਾ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਬਹੁਤ ਕੁਝ ਦਿੱਤਾ ਪੰਜਾਬ ਦੇ ਵਿੱਚ ਸਾਡਾ ਪੂਰਾ ਪਰਿਵਾਰ ਤੇ ਸਾਡੇ ਅਨੇਕਾਂ ਗੀਤ ਲੋਕਾਂ ਨੇ ਗਾਏ ਨੇ ਤੇ ਸਟੇਜਾਂ ਤੇ ਗਾਉਂਦੇ ਨੇ ਚਲੋ ਅਸੀਂ ਕਦੀ ਮੰਨਣਾ ਨਹੀਂ ਕਰਦੇ ਤੇ ਗਾਉਣ ਜਿੱਦਾਂ ਮਰਜੀ ਪਰ ਹੁਣ ਦੋ ਇੱਕ ਮੁੰਡਾ ਆ ਤੇ ਉਹਨੇ ਸਾਡਾ ਬਦਮਾਸ਼ੀ ਗੀਤ ਜਿਹੜਾ ਹੁਣ ਆਇਆ ਸੀਗਾ ਥੋੜੇ ਦਿਨ ਪਹਿਲੋਂ ਉਹਨੂੰ ਦੁਬਾਰਾ ਉਸ ਗੀਤ ਨੂੰ ਗਾਇਆ ਸਾਨੂੰ ਬਿਨਾ ਪੁੱਛਣ ਤੋਂ ਸਾਡੀ ਬਿਨਾ ਇਜਾਜ਼ਤ ਤੋਂ ਤੇ ਉਹ ਗਾਣਾ ਅਜ ਤੋਂ 12 ਸਾਲ ਪਹਿਲੋਂ ਸਾਡੇ ਜਨਾਬ ਚਾਚਾ ਜੀ ਇਹਨੂੰ ਗਾ ਚੁੱਕੇ ਨੇ ਇਹ ਕਿਹੜੀ ਸੰਜ ਗਾਇਸ ਵਾਲਾਂ ਕੀ ਤਾਂ 3-12 ਸਾਲ ਹੋ ਗਿਆ 15 ਸਾਲ ਤੀ ਮੈਨੂੰ ਸਟੇਜਾਂ ਤੇ ਗਾਉਂਦੇ ਹੋਗੇ ਤੇ 12 ਸਾਲ ਇਹ ਰਿਕਾਰਡ ਕੀਤੇ ਨੇ ਹੋ ਗਿਆ ਤੇ ਇਹ ਇਹ ਵੀਰ ਨੂੰ ਬੇਨਤੀ ਕਰਦੇ ਆ ਚਲੋ ਮੈਂ ਤਾਂ ਜਾਣਦਾ ਨਹੀਂ ਮੈਂ ਪਹਿਲੀ ਵਾਰੀ ਵੇਖਿਆ ਇਹਨੂੰ ਆ ਜਿਹੜਾ ਗਾ ਰਿਹਾ ਇਹਨੂੰ ਬੇਨਤੀ ਕਰਦੇ ਆ ਪਿਆਰ ਨਾਲ ਵੀ ਉਹਦਾ ਸਟੇਜ ਤੇ ਸਾਡੇ ਜਿੱਦਾਂ ਮਰਜ਼ੀ ਕਿਸ ਜਾਂ ਰਮੀ ਨੇ ਦੱਸਿਆ ਜਿੱਦਾਂ ਮਰਜ਼ੀ ਸਾਡੇ ਸਟੇਜ ਤੇ ਲਾਈਵ ਆਇਆ ਕਰੋ ਉਸ ਸਟੇਜਾਂ ਤੇ ਬਹੁਤ ਦੁਨੀਆ ਕਾਉਂਦੀ ਆ ਨਾਮੀ ਗਾਇਕ ਵੀ ਗਾ ਰਹੇ ਸਾਡੇ ਗੀਤਾਂ ਨੂੰ ਸਾਡੇ ਲੋਕਾਂ ਦੇ ਅਥਾ ਨੂੰ ਤੇ ਬੇਨਤੀ ਆ ਵੀ ਇਹਨੂੰ ਜਿੱਥੇ ਵੀ ਤੁਸੀਂ ਕਿਸੇ ਵੀ ਚੈਨਲ ਜਾਂ ਕਿਤੇ ਵੀ ਪਾਇਆ YouTube ਤੇ ਇਹਨੂੰ ਲਾ ਦੋ ਨਹੀਂ ਤੇ ਫਿਰ ਸਾਨੂੰ ਕੋਈ ਕਾਨੂੰਨੀ ਕਾਰਵਾਈ ਕਰਨੀ ਪੈਗੀ ਤੇ ਇਹ ਗੀਤ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਗੀਤ ਬਹੁਤ ਜ਼ਿਆਦਾ ਹੈ ਤੇ ਅਸੀਂ ਮਤਲਬ ਕਿ ਕਦੀ ਨਹੀਂ ਕਿਸੇ ਨੂੰ ਮਨਾ ਕਰਦੇ ਚਲੋ ਕੁਝ ਕਲਾਕਾਰ ਆਪਣੇ ਭਰਾ ਵੀ ਨੇ ਹਨ ਤੇ ਬਾਕੀ ਜਉਂਦੇ ਵਸਦੇ ਰਹੋ ਤੇ ਇੱਕ ਹੋਰ ਜ਼ਰੂਰੀ ਬੇਨਤੀ ਆਪਾਂ ਪੂਰਾ 101 ਗਾਣਾ ਬਹੁਤ ਜਲਦ ਨੂੰ ਲਾਂਚ ਕਰ ਰਹੇ ਆ ਤੇ ਤਿਆਰ ਹੋ ਚੁੱਕਿਆ ਹੈ ਪੂਰਾ 100 ਗਾਣਾ ਤੇ ਬਹੁਤ ਸੋਹਣੇ ਗੀਤ ਨੇ ਬਹੁਤ ਸੋਹਣੇ ਰੰਗ ਨੇ ਉਹਦੇ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਸੁਣਦਾ ਮਜ਼ਾ ਆਏਗਾ ਕੋਈ ਨਵੀਆਂ ਚੀਜ਼ਾਂ ਕੋਈ ਨਵੇਂ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਫਿਰ ਇੱਕ ਵਾਰ ਉਹਨਾਂ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਵੀਰ ਇਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜਿੱਦਾਂ ਦੀਆਂ ਚੀਜ਼ਾਂ ਗਾਉਣੀਆਂ ਨੇ ਤੇ ਫਿਰ ਥੋੜਾ ਮੇਰਾ ਹੇਕ ਤੇ ਯੋਰ ਵੀ ਚਾਹੀਦਾ ਬੰਦੇ ਦੇ ਤੇ ਕਾਪੀ ਕੈਟ ਨਹੀਂ ਜ਼ਿਆਦਾ ਬਣੀਦਾ ਮੇਰਾ ਭਰਾ ਹਨਾ ਤੇ ਵਧੀਆ ਬੜਾ ਹੋਰ ਵੀ ਵਧੀਆ ਵੀਰ ਲਿਖਦੇ ਜਿਓਂ ਜੀਤ ਚਾਹੀਦੇ ਨੇ ਮੇਰਾ ਭਰਾ ਤੇ ਸਾਨੂੰ ਦੱਸ ਦਿਓ ਸਰਦ ਕੋ ਬਹੁਤ ਮੈਟਰ ਆ ਤੇ ਆਪਾਂ ਉਂਝ ਭਰਾਵਾਂ ਨੂੰ ਭਾਵੇਂ ਤੋਲ ਕੇ ਗੀਤ ਸਾਡੇ ਕੋ ਜਿੰਨੇ ਮਰਜ਼ੀ ਲਾਜੋ ਤੋਲ ਦੇ ਹਿਸਾਬ ਨਾਲ ਤੇ ਗੀਤ ਬਹੁਤ ਜ਼ਿਆਦਾ ਆ ਤੇ ਇਦਾਂ ਦੇ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਨਾਲ 15 15 ਸਾਲ ਪਹਿਲਾਂ ਸਟੇਜ ਦਾ ਲਾਈਵ ਗੀਤ ਗਾਇਆ ਵਿਖਾ ਦੂੰ ਮੈਂ ਇੱਕ ਵਿਆਹ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਤਾਂ ਤੁਹਾਨੂੰ ਵਿਖਾ ਦਾਂਗਾ ਗੀਤ 15 ਸਾਲ ਪਹਿਲਾਂ ਗਾਇਆ ਮੈਂ ਇਹ ਗੀਤ ਪਹਿਲਾਂ ਕੀਤੀ ਬਦਮਾਸ਼ੀ ਇਕਠੋ ਕੇ ਤੇ ਹੁਣ ਕੰਮ ਛੱਡੇ ਹੋਏ ਆ ਤੇ ਹੋਰ ਵੀ بڑا ਮੈਟਰ ਆ ਤੇ ਕੋਈ ਚੱਕਰ ਨਹੀਂ ਆ ਤੇ ਬਾਕੀ ਕਦੇ ਅਸੀਂ ਪ੍ਰਵਾਹ ਨਹੀਂ ਕੀਤੀ ਕਿ ਇਸ ਚੀਜ਼ ਦੀ ਵੀ ਤੇ ਲੋਕਾਂ ਲਈ ਗਾਇਆ ਤੇ ਲੋਕਾਂ ਲਈ ਗਾਉਂਦੇ ਰਾਵਾਂਗੇ ਤੇ ਹੁਣ ਥੋੜਾ ਜਿਹਾ ਆਪਣੇ ਢੰਗ ਨਾਲ ਜਰਾ ਗਾਵਾਂਗੇ ਦੱਸਾਂਗੇ ਕਿ ਭਈ ਕਿੱਦਾਂ ਫਿਰ ਗਾਈਦਾ ਆ ਕਿਹੜੀਆਂ ਜੀਆਂ ਕਰੀਦੀਆਂ ਹਰ ਚੀਜ਼ਾਂ ਗਾਈਦੀਆਂ ਨੇ ਆ ਜਿਹੜੇ ਕੁੱਤੇ ਕਤੇ ਕਈ ਭੌਂਗਦੇ ਆ ਤੇ ਗਰੀ ਪ੍ਰਵਾਹ ਨਹੀਂ ਕੀਤੀ ਸਾਨ ਜੱਟ ਆ ਅਸੀਂ ਤੇ ਸਾਡੇ ਦਾਦਿਆਂ ਪਰਦਾਦਿਆਂ ਸ਼ੁਰੂ ਤੋਂ ਸਰਦਾਰੀਆਂ ਰਹੀਆਂ ਨੇ ਜੋ ਪਾਕਿਸਤਾਨੋਂ ਆਏ ਆ 12 ਤੋਂ ਤੇ ਨਿੱਕੇ ਮੋਡੇ ਛਲਾਰੂਆਂ ਦੀ ਅਸੀਂ ਕਦੀ ਗੱਲਾਂ ਪ੍ਰਵਾਹ ਨਹੀਂ ਕੀਤੀ ਜਿਹੜੇ ਕਮੈਂਟ ਕਰਦੇ ਨੇ ਬਾਕੀ ਜੋ ਨਾ ਹੀ ਕਦੀ ਕਰਾਂਗੇ ਬਾਕੀ ਜ਼ੋਰ ਤੋਂ ਕੰਮ ਨਹੀਂ ਲਈਦਾ ਦਿਮਾਗ ਤੋਂ ਕੰਮ ਲਈਦਾ ਦਿਮਾਗ ਤੋਂ ਮਾਰੀਦਾ ਬੰਦੇ ਨੂੰ ਤੇ ਮੌਕਾ ਸਾਹਮਣੂ ਸੂਰਮੇ ਤੇ ਛਤਰਖਾਨ ਦਲੇਰ ਤੇ ਗੱਲ ਇਦਾਂ ਆ ਕਿ ਬਾਕੀ ਜਿਹੜੇ ਮੇਰੇ ਭਰਾ ਕਮੈਂਟ ਕਰਦੇ ਆ ਨਾ ਇਹਨਾਂ ਨੂੰ ਅਸੀਂ ਵੇਖਿਆ ਆ ਮੈਸੇਜ ਵੀ ਕਰੀਦੇ ਆ ਉਸ ਤੇ ਮੁੜ ਕੇ ਮਾਫੀਆਂ ਮੰਗ ਮਗਾ ਹੱਥ ਛੁੱਟਦੇ ਨੇ ਜਾਂ ਆਪਣੇ ਮਾਪਿਆਂ ਨੂੰ ਅੱਗੇ ਭੇਜਦੇ ਜਦੋਂ ਫਿਰ ਵਿਖਾਈਏ ਜਲਵੇ ਤੇ ਮੇਰਾ ਭਰਾ ਫੇਸਬੁੱਕ ਤੇ YouTube ਤੇ ਤੇ ਹਰ ਜਗ੍ਹਾ ਤੇ ਕੋਈ ਨਾ ਕੋਈ ਗੱਲਾਂ ਕਰ ਲੈਂਦਾ ਪਰ ਗੱਲ ਉਦੋਂ ਬਣਦੀ ਜਦ ਨੂੰ ਸਾਹਮਣੇ ਹੋਈ ਹੈ ਹਨਾ ਤੇ ਤੇ ਜਿਹੜੀਆਂ ਵੀ ਸਾਡੀਆਂ ਅੱਜ ਤੱਕ ਕਾਉਂਟਰਵਰਸੀਆਂ ਰਹੀਆਂ ਜਾਂ ਕੋਈ ਵੀ ਨੇ ਉਹ ਅਸੀਂ ਸਿਰਫ ਪੰਜਾਬ ਦੇ ਲੋਕਾਂ ਕਰਕੇ ਕੀਤੀਆਂ ਨੇ ਚੰਗੀ ਗਾਇਕੀ ਕਰਕੇ ਕੀਤੀਆਂ ਨੇ ਪਰ ਹੁਣ ਅਸੀਂ ਇਹ ਐਲਾਨ ਜਿਆਦਾ ਸਾਡਾ ਮੇਨ ਮਤਲਬ ਹੀ ਸਾਡੇ ਸਾਡੇ ਬਜ਼ੁਰਗਾਂ ਦਾ ਜਾਂ ਮੇਰਾ ਲਾਈਵ ਹੋਣ ਦਾ ਕਿ ਹੁਣ ਸਿਰਫ ਅਸੀਂ ਆਪਣੇ ਲਈ ਗਾਵਾਂਗੇ ਕਿਉਂਕਿ ਅੱਜ ਕੱਲ ਕਲਾਕਾਰ ਆਪਣੀਆਂ ਗੱਲਾਂ ਗਾ ਗਾ ਕੇ ਬੜੇ ਮਸ਼ਹੂਰ ਹੁੰਦੇ ਨੇ ਹੁਣ ਅਸੀਂ ਦੱਸਾਂਗੇ ਕਿ ਅਸੀਂ ਕਿੱਥੋਂ ਆਏ ਆ ਤੇ ਅਸੀਂ ਕੀ ਕੀ ਕੀਤਾ ਹੈ ਜਿ ਅਸੀਂ ਗਾਹ ਕੀ ਕਰਾਂਗੇ ਸੋ ਇਸ ਕਰਕੇ ਇਹ ਬੇਨਤੀ ਆ ਕਿ ਮੂੰਹ ਚ ਜਬਾਨ ਰਵੇ ਤੇ ਚੰਗੀ ਰਹਿੰਦੀ ਆ ਜੇ ਬਾਹਰ ਨਿਕਲੇ ਫਿਰ ਅਸੀਂ ਗੰਡ ਦੇ ਕੇ ਸਾਨੂੰ ਬੰਨਣੀ ਵੀ ਆਉਂਦੀ ਆ ਤੇ ਜੋ ਜੋ ਜ ਸਾਹਮਣੇ ਆਉਂਦਾ ਜਾਊਗਾ ਉਹ ਤੋਂ ਤੋਂ ਨਵੇੜੇ ਹੁੰਦੇ ਜਾਣਗੇ ਤੇ ਮੇਰਾ ਭਰਾ ਜਿਹੜੇ ਮੇਰੇ ਦਿਲੋਂ ਅਸਲੀ ਫੈਨ ਨੇ ਜਿਹੜੇ ਸਾਡੇ ਸਾਨੂੰ ਪਰਿਵਾਰ ਨੂੰ ਜਾਂ ਸਾਨੂੰ ਰੰਧਾਵਿਆਂ ਨੂੰ ਪਿਆਰ ਕਰਦੇ ਨੇ ਜਾਂ ਵਧੀਆ ਗਾਇਕੀ ਨੂੰ ਪਿਆਰ ਕਰਦੇ ਨੇ ਉਹਨੂੰ ਹਮੇਸ਼ਾ ਸਾਡੇ ਦਿਲਾਂ 'ਚ ਰਿਸਪੈਕਟ ਰਹੂਗੀ ਸਾਡੇ ਸਾਰਿਆਂ ਵੱਲੋਂ ਤੇ ਹਮੇਸ਼ਾ ਸਾਡੀਆਂ ਅੱਖਾਂ 'ਚ ਰਹਿਣਗੇ ਤੇ ਹਮੇਸ਼ਾ ਜਦੋਂ ਉਹਨਾਂ ਨੂੰ ਮਿਲਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਾਂਗੇ ਤੇ ਸਾਡੇ ਚਿਹਰੇ ਤੇ ਹਮੇਸ਼ਾ ਖੁਸ਼ੀ ਹੋਵੇਗੀ ਉਹਨਾਂ ਪਰਿਵਾਰਾਂ ਲਈ ਬਾਕੀ ਜਿਹੜੇ ਛਲਾਰੂ ਨੇ ਜਿਹੜੇ ਹਰ ਜਗ੍ਹਾ ਦੇ ਉੱਤੇ ਤੁਰੇ ਫਿਰਦੇ ਜਿਨ੍ਹਾਂ ਨੂੰ ਗੱਲ ਕਰਨ ਦੀ ਜਾਜ ਨਹੀਂ ਆ ਕਮੈਂਟਾਂ ਨੂੰ ਗੱਲ ਕਰਨ ਦਾ ਪਤਾ ਨਹੀਂ ਕੀ ਕਰ ਰਹੇ ਨੇ ਉਹਨਾਂ ਬੰਦਾ ਨਾਲ ਸਾਡਾ ਕੋਈ ਇਲਾਕਾ ਦੇ ਕਣੀ ਆ ਮੈਂ ਪਹਿਲਾਂ ਇੱਕ ਇੰਟਰਵਿਊ ਵਿੱਚ ਵੀ ਕਹਿ ਚੁੱਕਿਆ ਸਾਂ ਕਿ ਉਹ ਇਨਸਾਨ ਉਹ ਨੇ ਜਿਹੜੀਆਂ ਆਪਣੀਆਂ ਭੈਣਾਂ ਨੂੰ ਕਹਿੰਦੇ ਆ ਕਿ ਆਪਣੀ ਸਹੇਲੀ ਨਾਲ ਗੱਲ ਕਰਾ ਮੇਰਾ ਉਹਨਾਂ ਇਨਸਾਨ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਸਿਰਫ ਵਧੀਆ ਪੰਜਾਬੀਆਂ ਲਈ ਕਾਉਂਦੇ ਆ ਤੇ ਨਾਲੇ ਜਦੋਂ ਅਸੀਂ ਤਿੰਨੇ ਸੱਭਿਆਚਾਰ ਗੀਤ ਗਾਏ ਹੁਣ ਤੱਕ ਸਾਡੇ ਖਾਦੇ ਖਾਨਦਾਨ ਦੇ ਵਿੱਚ ਜਿੰਨੇ ਵੀ ਦਿਨ ਚਾਰ ਗਾਇਕ ਆਏ ਤੇ ਤੁਸੀਂ ਕੋਈ ਪਿੱਛੇ ਜੇ ਸਾਡੇ ਕੋਈ ਇੱਕ ਦੋ ਸਿੰਗਰਾਂ ਨਾਲ ਗੱਲਬਾਤ ਹੋਈ ਤੇ ਤੁਹਾਂ ਕਿਹਾ ਵੱਡੇ ਸਭਿਆਚਾਰ ਖੇਰ ਤੇ ਚੁੱਕੀ ਫਿਰਦੇ ਆ ਤਿੰਨ ਜਾਣੇ ਤੇ ਜੇ ਹੁਣ ਇਹਨਾਂ ਨੇ ਗਾਤਾ ਪਹਿਲੋਂ ਕੀਤੀ ਪਰਮਾਸ਼ੀ ਘਠੋਕੇ ਤੇ ਹੁਣ ਕਹਿੰਦੇ ਤੁਹਾਡਾ ਸਭਿਆਚਾਰ ਕਿੱਥੇ ਗਿਆ ਹੁਣ ਤੇ ਦੋਈ ਬਣੀ ਦੰਦੇ ਆ ਕੀ ਕਰੀਏ ਤੇ ਹੁਣ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ ਕਿਉਂਕਿ ਦੁਨੀਆ ਬਾਬੇ ਨਾਨਕ ਕੋ ਨਹੀਂ ਸਾਦੀ ਗਈ ਤੇ ਸਾਦ ਅਸੀਂ ਵੀ ਨਹੀਂ ਸਕਦੇ ਜਿੰਨੇ ਜੋ ਕਰਨਾ ਕਰੇ ਜਿੰਨੇ ਚੰਗਾ ਸੁਨਣਾ ਮਾੜਾ ਸੁਨਣਾ ਹੁਣ ਅਸੀਂ ਆਪਣੇ ਤਰੀਕੇ ਨਾਲ ਗਾਵਾਂਗੇ ਬਾਕੀ ਜਿਉਂਦੇ ਵਸਦੇ ਰਹੋ ਪਰਮਾਤਮਾ ਲੰਮੀ ਆਮਰਾ ਕਰੇ ਜਿਹੜੇ ਸਾਡੇ ਦਿਲੋਂ ਚਾਹਣ ਵਾਲੇ ਨੇ ਮਿਲਦੇ ਆ ਜਲਦੀ ਪੂਰੇ 101 ਗਾਣਾ ਲੈ ਕੇ ਤੇ ਇਹੋ ਇਹੋ ਜਿਹੇ ਗਾਣੇ ਨਾ ਕਦੀ ਉਹਦੇ ਆਈਡੀਆ ਕਿਸੇ ਨੇ ਗਾਏ ਹੋਣਗੇ ਨਾ ਹੀ ਕੋਈ ਸੂਰਮਾ ਪੰਜਾਬ 'ਚ ਜੰਮਿਆ ਉਹਨਾਂ ਨੂੰ ਗਾਉਣ ਵਾਲਾ ਤੇ ਜਿੰਨਾ ਚਿਰ ਹਿੱਕ 'ਚ ਜੋਰ ਰਹੂਗਾ ਤੇ ਪੂਰੇ ਹਿੱਕ ਦੇ ਜੋਰ ਨਾਲ ਗਾਉਂਦੇ ਇਸ ਦੁਨੀਆ ਤੋਂ ਜਾਵਾਂਗੇ ਸੋ ਅਜਾਜਤ ਮੰਗਦੇ ਆ ਮਿਲਦੇ ਆ ਫੇਰ ਕਿਤੇ ਠੀਕ ਆ ਬਈ ਐਂਡ ਖੇਤਰਖਾਨਾ ਜੀ ਗੱਲ ਵਧੀਆ ਕਰਦੇ ਆ ਆ ਵਧੀਆ ਵਧੀਆ ਚੀਜ਼ ਆ ਖੇਤਰਖਾਨਾ ਦੇਰ ਵਾਲੀ ਵਧੀਆ ਆਹੋ ਆਹੋ ਨਾ ਮੋਟਾ ਸਾਹਮਣੇ ਸੂਰਜ ਦੇ ਖੇਤਰਖਾਨਾ ਨਹੀਂ ਦੋ ਰਹਿ ਹਿੰਦ ਮਾਗ ਨਾਲ ਲੜਦੇ ਆ ਪਿਓ ਨਾਲ ਲੜੀਦਾ ਨਹੀਂ ਆਪਾਂ ਗੱਲਾਂ ਕਲੀਅਰ ਕਰਤੀਆਂ ਜਿਹੜੇ ਕਮੈਂਟ ਵੀ ਕਰਦੇ ਆ ਨਾ ਤੇ ਬਈ ਆਪਣੇ ਆਪ ਚ ਰਹੋ ਜਦੋਂ ਸਾਡੇ ਸਾਹਮਣੇ ਆਉਂਦੇਗੇ ਤਾਂ ਅਸੀਂ ਫੈਸਲੇ ਕਰਦੇ ਜਾਣਾ ਜੀ ਐਂਡ